ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਵਾਰਡ ਨੰਬਰ 18 ਰਜੌਰੀ ਗਾਰਡਨ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੌਂ ਮੈਦਾਨ ਵਿੱਚ ਨਿਤਰੇ ਇੰਦਰਪ੍ਰੀਤ ਸਿੰਘ ਕੋਚਰ ਵੱਲੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਹੋਲਾ ਮਹੱਲਾ ਦੇ ਪੂਰਬ ਤੇ ਸ੍ਰੀਮਾਨ ਕ੍ਰਿਸ਼ਨ ਸਿੰਘ ਸ਼ਾਹੀਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਸੁਭਾਸ਼ ਨਗਰ 7 ਬਲਾਕ ਵਿਖੇ ਮਹਾਨ ਗ੍ਰਤੰਨ ਦਰਬਾਰ ਸਜਾਇਆ ਗਿਆ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਤੇ ਸਰਬੱਤ ਦਾ ਸਾਥ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਨੇ ਸੇਵਾ ਲਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੁਖੀ ਪਰਮਜੀਤ ਸਿੰਘ ਸਰਨਾ ਸਮੇਤ ਪੰਥਕ ਹਸਤੀਆਂ ਅਤੇ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਹੈ ਜ਼ਿਕਰ ਖਾਸ ਹੈ ਕਿ ਇੰਦਰਪ੍ਰੀਤ ਸਿੰਘ ਕੋਛੜ ਵਾਰਡ ਨੰਬਰ 18 ਰਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਤੜੇ ਵੱਲੋਂ ਉਮੀਦਵਾਰ ਹਨ ਦਿੱਲੀ ਦੀ ਸਿੱਖ ਸੰਗਤ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਉਹ ਜਿੱਥੇ ਆਪਣੀ ਜਿੱਤ ਨੂੰ ਲੈ ਕੇ ਆਸਵੰਦ ਹਨ ਤਾਂ ਜੋ ਪੰਥ ਕੌਮ ਦੀ ਸੇਵਾ ਨੂੰ ਉਹ ਸੰਗਤ ਵੱਲੋਂ ਸੌਂਪੀ ਇਸ ਅਹਿਮ ਜ਼ਿੰਮੇਵਾਰੀ ਜਰੀਏ ਹੋਰ ਤਣ ਦੇਹੀ ਨਾਲ ਨਿਭਾ ਸਕਣ ਤਮਾਮ ਚੋਣ ਸਰਗਰਮੀਆਂ ਤੇ ਰੁਝੇਵਿਆਂ ਦਰਮਿਆਨ ਉਨ੍ਹਾਂ ਨੇ ਉਚੇਚੇ ਤੌਰ ਤੇ ਸ੍ਰੀ ਕਿਸ਼ਨ ਸਿੰਘ ਸ਼ਾਜੀ ਦੀ ਆਦ ਵਿੱਚ ਗੁਰਦੁਰਾ ਸਿੰਘ ਸਬਾ ਸੁਬਾਸ਼ ਨਗਰ 7 ਬਲਾਕ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਜਿੱਥੇ ਪੰਥ ਪ੍ਰਸਿੱਧ ਰਾਗੀ ਅਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਨਾਲ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਹਨਾਂ ਨੇ ਮਹਾਨ ਕੀਰਤਨ ਦਰਬਾਰ ਦੇ ਲਈ ਜਿੱਥੇ ਗੁਰਦੁਰਾ ਕਮੇਟੀ ਵੱਲੋਂ ਦਿੱਤੇ ਉਚੇਚੇ ਯੋਗਦਾਨ ਉੱਪਰ ਧੰਨਵਾਦ ਕੀਤਾ ਹੈ ਉੱਥੇ ਹੀ ਇਲਾਕੇ ਦੀ ਸਮੂਹ ਸੰਗਤ ਦੇ ਯੋਗਦਾਨ ਤੇ ਵੀ ਉਹਨਾਂ ਨੇ ਸੰਗਤ ਦਾ ਸ਼ੁ크rana ਕੀਤਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ